ਔਰ ਜਿਹੜਾ ਜੀ ਡੈਥ ਹੋਈ ਤੁਹਾਡੇ ਕੀ ਲੱਗਦਾ ਸੀ ਆ ਭਤੀ ਜੀ ਜਵਾਈ ਜੀ ਕੀ ਗੱਲ ਕੀ ਹੋਈ ਕੱਲ ਤਾਂ ਸਾਨੂੰ ਆਪ ਨਹੀਂ ਪਤਾ ਵੀ ਕੀ ਗੱਲ ਹੋਈ ਆ ਸਾਨੂੰ ਇੰਨਾ ਹੀ ਪਤਾ ਲੱਗਾ ਸ਼ਾਮ ਨੂੰ ਅਸੀਂ ਕੰਮ ਕਰ ਵਾਲੇ ਬੰਦੇ ਕਿੰਨੀ ਉਮਰ ਸੀ ਉਹਦੀ 32 ਸਾਲ ਦੀ ਤੇ ਕੀ ਕੰਮ ਕਰਦਾ ਸੀ ਉਹ ਆਪਣੇ ਮੋਟਰਸਾਈਕਲਾਂ ਦਾ ਮਕੈਨਿਕ ਸੀ ਹੂੰ ਕਿੱਥੇ ਲੱਗਾ ਸੀ ਆ ਆਪਣੇ ਫਾਰਾ ਚੋਂ ਅੱਛਾ ਹਾਂਜੀ ਫੇਰ ਕੀ ਗੱਲ ਹੋਈ ਕੁਝ ਪਤਾ ਲੱਗਾ ਕੀ ਗੱਲ ਹੋਈ ਕਿਉਂ ਉਹਨੂੰ ਲੈ ਕੇ ਪੁਲਿਸ ਉੱਥੇ ਪਤਾ ਨਹੀਂ ਗੱਲ ਸਾਨੂੰ ਇੰਨੀ ਕੋਈ ਗੱਲਬਾਤ ਦਾ ਨਹੀਂ ਪਤਾ ਕੁਛ ਨਹੀਂ ਸਾਨੂੰ ਜ਼ਿਆਦਾ ਨਹੀਂ ਪਤਾ ਡੈਥ ਦਾ ਵੀ ਨਹੀਂ ਪਤਾ ਕਿਦਾਂ ਹੋਈ ਨਹੀਂ ਸਰ ਕੋਈ ਗੱਲਬਾਤ ਨਹੀਂ ਹੈ ਹਜੇ ਤੱਕ ਨਹੀਂ ਸਾਨੂੰ ਪਤਾ ਸੀ ਉੱਥੇ ਗਏ ਹੀ ਨਾ ਪਹੁੰਚੇ ਸਾਨੂੰ ਉਹਦੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਨਾ ਕਿਸੇ ਤਰ੍ਹਾਂ ਦਾ ਬਿਮਾਰ ਹੋਵੇ ਜਾਂ ਨਸ਼ਾ ਕਰਦਾ ਹੋਵੇ ਕਿਸੇ ਦੀ ਪ੍ਰੋਬਲਮ ਹੈ ਤਾਂ ਨਹੀਂ ਨਹੀਂ ਬਿਮਾਰ ਸਰ ਨਹੀਂ ਸੀ ਹਾਂਜੀ ਸਰ ਇਹ ਨੀਲਮ ਦੀ ਦੁਕਾਨ ਤੇ ਲੱਗੇ ਫਵਾਰਾ ਚੌਂਕ ਤੇ ਕਿਸੇ ਤਰ੍ਹਾਂ ਦਾ ਬਿਮਾਰ ਹੋਵੇ ਜਾਂ ਕੋਈ ਦਿੱਕਤ ਹੋਵੇ ਸਰ ਉਹ ਬਿਮਾਰ ਮਤਲਬ ਕੋਈ ਇਦਾਂ ਦੀ ਬਿਮਾਰੀ ਬਿਮਾਰੀ ਤੇ ਪੇਸ਼ੈਂਟ ਨਹੀਂ ਸੀ ਨਸ਼ਾ ਨਸ਼ਾ ਕਰਦੇ ਹੋਣ ਸਰ ਮਾੜੀ ਮੋਟੀ ਉਹ ਜੀਬ ਥੱਲੇ ਰੱਖਣ ਵਾਲੀ ਉਹ ਡੋਜ਼ ਲੈਂਦੇ ਸੀ ਬਸ ਅੱਛਾ ਹਾਂਜੀ ਹੋਰ ਤੇ ਕੁਝ ਪ੍ਰੋਬਲਮ ਸੀ ਨਹੀਂ ਸਰ ਹੋਰ ਕੁਝ ਨਹੀਂ ਸਰ ਰੋਟੀ ਤੁਸੀਂ ਦੇ ਕੇ ਆਏ ਸੀ ਉੱਥੇ ਸਿੱਧਾ ਰੋਟੀ ਸਰ ਨਹੀਂ ਉਹਨਾਂ ਨੇ ਕਾਲ ਕੀਤੀ ਸੀ ਪਰ ਅਸੀਂ ਨਹੀਂ ਗਏ ਪਿੱਛੇ ਹਾਂਜੀ ਅੱਛਾ ਰੋਟੀ ਵੀ ਦੇ ਕੇ ਆਏ ਸੀ ਨਹੀਂ ਸਰ ਕਾਲ ਕੀਤੀ ਆਈ ਸੀ ਕਿਸੇ ਦੱਸਿਆ ਕਿ ਕਿੱਥੋਂ ਬੋਲਦੇ ਨਹੀਂ ਸਰ ਉਹਨਾਂ ਨੇ ਕੁਝ ਨਹੀਂ ਦੱਸਿਆ ਬਸ ਇਹ ਕਿ ਆਏ ਸੀ ਸਿਟੀ ਥਾਣੇ ਤੋਂ ਬੋਲਦੇ ਕਿ ਇਹਨੂੰ ਰੋਟੀ ਦੇ ਕੇ ਜਾਓ ਇੱਥੇ ਆ ਹਵਾਲਾ ਸਾਡੇ ਮੋਬਾਈਲ ਤੇ ਫੋਨ ਆਇਆ ਸੀ ਹਾਂਜੀ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਕੁਲਵੀਰ ਜੀ ਕੀ ਮਾਮਲਾ ਹੈਗਾ ਇਹਦੇ ਚ ਇੱਕ ਰੋਸ਼ਨ ਨਾਮ ਦਾ ਵਿਅਕਤੀ ਆ ਉਹਦੀ ਮੌਤ ਹੋ ਜਾਂਦੀ ਆ ਉਹਦੀ ਲਾਸ਼ ਜਿਹੜੀ ਆ ਸਿਵਲ ਹਸਪਤਾਲ ਜਾ ਕੇ ਮੋਰਚੇ 'ਚ ਰੱਖੀ ਜਾਂਦੀ ਆ ਕੀ ਮਾਮਲਾ ਆ ਮੌਤ ਬਾਰੇ ਪਤਾ ਲੱਗਣ ਤੇ ਇੱਥੇ ਥਾਣੇ ਆਏ ਸੀ ਉੱਥੇ ਹਸਪਤਾਲ ਜੀ ਉੱਥੇ ਉਹਦੀ ਘਰ ਵਾਲੀ ਸੀਮਾ ਵਾ ਉਹਨੇ ਸਟੇਟਮੈਂਟ ਲਿਖਾਈ ਹੈ ਨਸ਼ਾ ਪਤਾ ਕਰਨ ਦਾ ਆਦੀ ਸੀਗਾ ਉਹਦੇ ਲਗਾਇਆ ਵੀ ਉਹਨੂੰ ਬਹੁਤ ਕਾਨੂੰਨੀ ਕਰ ਰਹੀ ਬਾਕੀ ਤੁਸੀਂ ਤੁਹਾਡੇ ਥਾਣੇ ਉਹਨਾਂ ਨੂੰ ਫੋਨ ਵੀ ਜਾਂਦਾ ਵਾ ਕਿ ਇਹ ਬੰਦਾ ਅਰੈਸਟ ਕੀਤਾ ਹੋਇਆ ਉਹਨੂੰ ਰੋਟੀ ਦਿੱਤੀ ਜਾਵੇ ਔਰ ਉਹਦਾ ਨੰਬਰ ਵੀ ਇਹਦੇ ਬਾਰੇ ਨਹੀਂ ਪਤਾ ਜੀ ਉਹਨਾਂ ਨਾਲ ਇਹ ਗੱਲ ਧਿਆਨ ਚੱਲੇ ਜਿਹੜੀ ਉੱਥੇ ਸਿਵਲ ਹਸਪਤਾਲ ਦੀ ਮੋਚਰੀ ਦੇ ਵਿੱਚ ਲਾਸ਼ ਜਦੋਂ ਜਮ੍ਹਾਂ ਕਰਾਈ ਗਈ ਆ ਤੁਹਾਡੇ ਥਾਣੇ ਦੇ ASI ਰਜਿੰਦਰ ਮੈਂ ਖੁਦ ਮੈਂ ਨਾਲ ਲੈ ਕੇ ਗਿਆ ਸੀ 13-31 ਉਹਨਾਂ ਦੇ ਸਾਈਨ ਵੀ ਹੈਗੇ ਉੱਥੇ ਵੈਰੀਫਾਈ ਕਰ ਲੈਣੇ ਜੀ ਦੇਖੀਏ ਦੇਖ ਲੈ ਵੀ ਖੁਦ ਵੀ ਨਾਲ ਲਾਸ਼ ਉੱਥੇ ਮੈਂ ਹੁਣ ਚਲ ਗਿਆ ਉੱਥੇ ਜਾ ਕੇ ਕਾਰਵਾਈ ਕੀਤੀ ਹੈ ਮੈਂ ਸਾਰੀ ਉੱਥੇ ਮੌਕੇ ਤੇ ਹੀ ਹਾਂ ਦੇਖ ਕੇ ਮੈਂ ਕਰ ਦਿੰਦਾ ਸਾਰਾ ਥਾਣੇ ਦੇ ਜਿਹੜੇ ASI ਸੀਗੇ ਉਹਨਾਂ ਨੇ ਤੁਹਾਡੀ ਨੌਲੇਜ ਨਹੀਂ ਲਿਆਂਦਾ ਕੱਲ ਕੇ ਬੰਦਾ ਅਰੈਸਟ ਕੀਤਾ ਜਾਂ ਕੀ ਗੱਲ ਆ ਜਾਂ ਰਾਉਂਡ ਅਪ ਕੀਤਾ ਉਹ ਤੁਹਾਡੀ ਨੌਲੇਜ ਨਹੀਂ ਲਿਆਂਦਾ ਕਿਸੇ ਨੇ ਇੰਨਾ ਤੇ ਨੌਲੇਜ ਤਾਂ ਹੁੰਦਾ ਹੀ ਆ ਜੀ ਪਤਾ ਲੱਗਾ ਸੀਗਾ ਕੱਲ ਦਾ ਹੀ ਮੈਂ ਤਾਂ ਵੈਰੀਫਾਈ ਕਰਨ ਲਿਆ ਜੀ ਕਰਕੇ ਤਫੀਸ ਦੇ ਦਿੰਦੇ ਲਿਆਂਦਾ ਕੱਲ ਨਹੀਂ ਸੀਗਾ ਕੋਈ ਪਤਾ ਲੱਗਾ ਕਿਹੜਾ ਜੀ ਬੰਦੇ ਨੂੰ ਕੱਲ ਹੀ ਲਿਆਂਦਾ ਸੀਗਾ ਬਿਲਕੁਲ ਥਾਣੇ ਤੇ ਲਿਆਂਦਾ ਹੀ ਨਹੀਂ ਜੀ ਥਾਣੇ ਕਿੱਥੇ ਲੈਣਾ ਨੇ ਰਵਿੰਦਰ ਸਿੰਘ ਜੀ ਹੈਗੇ ਪੁਲਿਸ 'ਚ ਉਹ 1331 ਉਹਨਾਂ ਦਾ ਬੈਲਟ ਨੰਬਰ ਹੈ ਉਹਨਾਂ ਨੇ ਇੱਕ ਰੋਸ਼ਨ ਲਾਲ ਸਨ ਆਫ ਤਰਸੇਮ ਸਿੰਘ ਦੀ ਬਾਡੀ ਇੱਥੇ ਮੋਰਚਰੀ 'ਚ ਰਖਾਈ ਹੈ ਜਿਹੜੇ ਕਿ ਇੱਕ ਰਤਾ ਨੌ ਆਬਾਦ ਦੇ ਰਹਿਣ ਵਾਲੇ ਹੈਗੇ ਕੋਈ ਕਾਰਨ ਦੱਸਿਆ ਗਿਆ ਕੀ ਕਾਰਨ ਸੀ ਕਿਉਂ ਕਾਰਨ ਨਹੀਂ ਦੱਸਿਆ ਕਿਸੇ ਕੇਸ 'ਚ ਜਾਂ ਕੁਛ ਨਹੀਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਉਹਨਾਂ ਨੇ